ਕਾਫੀ ਟਾਈਮ ਤੋਂ ਮੇਰਾ ਮਨ ਸੀ ਕਿ ਕਿਉਂ ਨਾ ਮੈਂ ਦਹੀਂ ਭਲੇ ਬਣਾਵਾਂ ਪਰ ਮੈਨੂੰ ਟਾਈਮ ਹੀ ਨਹੀਂ ਮਿਲ ਪਾਰਿਆ ਸੀ ਤੇ ਕੋਠੇ ਤੇ ਪੁਦੀਨਾ ਵੀ ਬਹੁਤ ਹੋ ਗਿਆ ਸੀ ਤਾਂ ਮੈਂ ਸੋਚਿਆ ਕਿਉਂ ਨਾ ਇਹਦੀ ਚਟਨੀ ਵੀ ਬਣਾਈ ਜਾਵੇ ਤੇ ਦਹੀਂ ਭਲੇ ਦੀ ਰੈਸਪੀ ਵੀ ਸ਼ੇਅਰ ਕੀਤੀ ਜਾਵੇ ਤੇ ਚਲੋ ਸ਼ੁਰੂ ਕਰਦੇ ਹਾਂ ہی ایوری ون ویلکم بیک ایک بار پھر حاضر ہیں ایک نئے ویڈیو ਦੇ ਨਾਲ تے سب تو پہلا میں ٹیریسی جا کے پودینہ توڑ لیا سی کیونکہ اسی ادے لیے بناواں گے ایک میٹھی چٹنی تے ایک بناواں گے سی پودینے دی چٹنی میٹھی چٹنی وچ میں یوز کر رہی ہاں املي اونوں میں گرم پانی دے وچ اس طرح بھگو کے رکھ دی تے پھر میں ادے وچ یوز کر رہی ہاں تنیا پودینہ مرچاں ਫੇਰ ਮੈਂ ਯੂਜ਼ ਕਰ ਰਹੀ ਐ ਜਿਹਦੇ ਉਤੇ ドライ ਮਸਾਲੇ ਜਿਦਾ ਕਿ ਨਮਕ ਤੇ ਜੀਰਾ ਤੇ ਤੰਗਿਆ ਦਾ ਥੋੜਾ ਜਿਹਾ ਪਾਊਡਰ ਇਹਨੂੰ ਅਸੀਂ ਫਾਈਨ ਪੇਸਟ ਕਰ ਲਾਂਗੇ ਪਾਣੀ ਯੂਜ਼ ਇਹ ਨਹੀਂ ਕਰਨਾ ਕਿਉਂਕਿ ਪਾਣੀ ਦੇ ਨਾਲ ਇਹ ਤੁਹਾਡੀ ਠਿਕ ਚਟਨੀ ਬਣ ਜਾਏਗੀ ਫੇਰ ਮੈਂ ਇੱਥੇ ਇਮਲੀ ਵੀ ਸਾਡੀ ਪ੍ਰੋਪਰ ਡਿਪ ਹੋ ਗਈ ਸੀ ਫੇਰ ਇਹਦਾ ਸਾਰਾ ਗੁੱਦਾ ਇੱਕ ਸਾਈਡ ਰੱਖ ਲਿਆ ਤਾਂ ਇਹਦਾ ਜਿੰਨਾ ਵੀ ਪਾਣੀ ਸੀ ਅਸੀਂ ਇਹਨੂੰ ਇਹ ਚੋਨੀ ਚੋਰ ਕੇ ਕੱਢ ਲਿੱਤਾ ਹੈ ਤਾਂ ਇਹਨੂੰ ਸਿੱਧਾ ਪਾਵਾਂਗੇ ਪੈਨ ਦੇ ਵਿੱਚ ਪੈਨ ਦੇ ਵਿੱਚ ਪਾਉਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਈ ਆ ਸੌਂਫ ਤੇ ਲਾਲ ਮੇਜ ਇਹਨੂੰ ਜੀ ਥੋੜਾ ਜਿਹਾ ਕાળਿਆ ਜਾਂ ਤਾਂ ਕਿ ਗਾੜਾ ਨਾ ਹੋ ਜਾਵੇ ਫੇ ਮੈਂ ਇਹਦੇ ਵਿੱਚ ਯੂਜ਼ ਕਰਿਆ ਖਰਬੂਜੇ ਦੇ ਬੀਜ ਤਾਂ ਇਮਲੀ ਦੀ ਚਟਨੀ ਵੀ ਸਾਡੀ ਬਣ ਕੇ ਰੈਡੀ ਹੋ ਚੁੱਕੀ ਹੈ ਫੇਮੇ ਦਹੀਂ ਪੱਲੇ ਦਾ ਬੈਟਰ ਬਣਾਉਣ ਵਾਸਤੇ ਮੈਂ ਇੱਥੇ ਯੂਜ਼ ਕਰ ਰਹੀਆਂ ਮੂੰਗ ਦਾਲ ਤੇ ਉੜਦ ਦੀ ਦਾਲ ਇਹਨੂੰ ਮੈਂ 4-5 ਘੰਟੇ ਲਈ ਭਿਉਆਇਆ ਸੀਗਾ ਤਾਂ ਇਹਦਾ ਵੀ ਅਸੀਂ ਫਾਈਨ ਪੇਸਟ ਤਿਆਰ ਕਰ ਲਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦਾ ਫਾਈਨ ਪੇਸਟ ਤਿਆਰ ਕਰ ਲੈਣਾ ਫਿਰ ਇਹਨੂੰ ਅਸੀਂ ਥੋੜਾ ਜਿਹਾ ਇਸ ਤਰ੍ਹਾਂ 4-5 ਮਿੰਟ ਵਸਤੇ ਫੈਂਟ ਲੈਣਾ ਇਹਦੇ ਨਾਲ ਦਹੀਂ ਪੱਲੇ ਵਧੀਆ ਬਣਦੇ ਨੇ। ਤਾਂ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਹਰੀਆਂ ਮਿਰਚਾਂ, ਅਦਰਕ ਤੇ ਜੀਰਾ ਉਸ ਤੋਂ ਪਹਿਲਾਂ ਅਸੀਂ ਇਹਨੂੰ ਪਾਣੀ ਦੇ ਵਿੱਚ ਇਸ ਤਰ੍ਹਾਂ ਥੋੜਾ ਜਿਹਾ ਪਾ ਕੇ ਦੇਖ ਲੈਣਾ ਅਗਰ ਤਾਂ ਦਹੀਂ ਪੱਲਾ ਦਾ ਬੈਟਰ ਸਾਡਾ ਤੈਰ ਜਾਂਦਾ ਮਤਲਬ ਇਹ ਰੈਡੀ ਹੋ ਚੁੱਕਾ ਹੈ ਫੇ ਮੈਂ ਇਹ ਵਿੱਚ ਪਾਇਆ ਜੀਰਾ ਤੇ ਨਮਕ ਅਦਰਕ ਤੇ ਹਰੀ ਮਿਰਚਾ ਫੇ ਅਸੀਂ ਨੂੰ ਤੰਨਾ ਸ਼ੁਰੂ ਕਰਾਂਗੇ ਤਾਲ ਕੇ ਇਹਨੂੰ ਅਸੀਂ ਪਕੌੜਿਆਂ ਵਾਂਗੂ ਇਸ ਤਰ੍ਹਾਂ ਇਹਨੂੰ ਤਲ ਲੈਣਾ ਹੈ ਕ੍ਰਿਸਪੀ ਬ੍ਰਾਊਨ ਹੋਣ ਤੱਕ ਕੁੱਕ ਕਰਾਂਗੇ ਫੇ ਮੈਂ ਇੱਥੇ ਰਹੀ ਇੱਕਦਮ ਚਿਲਡ ਵਾਟਰ ਉਹਦੇ ਵਿੱਚ ਪਾਵਾਂਗੀ ਮੈਂ ਹੀਂਗ ਤੇ ਤਨੀਆਂ ਤੇ ਇਹਨੂੰ ਅਸੀਂ ਮਿਕਸ ਕਰਾਂਗੇ ਤੇ ਦਹੀਂ ਬੱਲੇ ਪਾਵਾਂਗੇ ਇਹਦੇ ਵਿੱਚ ਕਿਉਂਕਿ ਦਹੀਂ ਬੱਲੇ ਤੁਹਾਨੂੰ ਪਤਾ ਹੈ ਜੋ ਜੋ ਅਸੀਂ ਖਾਣੇ ਐ ਇੱਕਦਮ ਸੌਫਟ ਸੌਫਟ ਹੁੰਦੇ ਨੇ ਤਾਂ ਇਹਨੂੰ ਅਸੀਂ ਇਸ ਤਰ੍ਹਾਂ ਦਹੀਂ ਬੱਲੇ ਨੂੰ ਪਾਣੀ ਦੇ ਵਿੱਚ ਚਿਪ ਕਰ ਦੇਣਾ ਫਿਰ ਮੈਂ ਇੱਥੇ ਦਹੀਂ ਲਿੱਤਾ ਹੈ ਦਹੀਂ ਮੈਂ ਘਰ ਦਾ ਬਣਿਆ ਹੋਇਆ ਲਿੱਤਾ ਹੈ ਉਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਨਮਕ ਤੇ ਚੀਨੀ ਉਹਨੂੰ ਅਸੀਂ ਫੈਂਟ ਲੈਣਾ ਹੈ ਤਾਂ ਇਹਨੂੰ ਸਰਵ ਕਰਾਂਗੇ ਆਪਣੀ ਪਲੇਟ ਦੇ ਵਿੱਚ ਪੁਦੀਨਾ ਦੀ ਚਟਨੀ ਤੇ ਜਿਹੜੀ ਮੈਂ ਇਮਲੀ ਦੀ ਚਟਨੀ ਰੈਡੀ ਕੀਤੀ ਹੈ ਉਸੇ ਦੀ ਵਿੱਚ ਯੂਜ਼ ਕਰਾਂਗੇ ਤਾਂ ਲੋ ਜੀ ਸਾਡੀ ਪਲੇਟ ਰੈਡੀ ਹੋ ਚੁੱਕੀ ਹੈ ਮੈਂ ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ